ਹਾਲ ਹੈਗਾ ਜੀ, ਅਸੀਂ ਚੋਕਲੇਟ ਗਣੇਸ਼ਾ ਜੀ ਬਣਾਏ ਨੇ। ਇਨਫੈਕਟ ਅਸੀਂ ਨਹੀਂ ਬਣਾਏ, ਉਹਨਾਂ ਨੇ ਸਾਨੂੰ ਚੂਜ਼ ਕੀਤਾ ਕਿ ਸਾਡੇ ਕੋਲ ਸਾਨੂੰ ਮੌਕਾ ਦੇਣ, ਸਾਨੂੰ ਦਰਸ਼ਨ ਦੇਣ ਅਤੇ ਚੋਕਲੇਟ ਦੇ ਰੂਪ ਵਿੱਚ ਦੇਣ। ਇਹ ਚੌਥਾ ਸਾਲ ਹੈਗਾ ਅਤੇ ਇਸ ਵਾਰੀ ਅਸੀਂ ਜੋ ਚੋਕਲੇਟ ਗਣੇਸ਼ਾ ਜੀ ਬਣੇ ਨੇ ਉਹ ਹੈਗੇ ਨੇ 106 ਕੇਜੀਸ ਦੇ। ਐਂਡ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਫੈਸਟੀਵਲਸ ਨੂੰ ਮਨਾਈਏ, ਪੂਰੇ ਧੂਮਧਾਮ ਨਾਲ ਮਨਾਈਏ, ਬਟ ਇਨਵਾਇਰਮੈਂਟ ਦਾ ਵੀ ਧਿਆਨ ਰੱਖੀਏ। ਲਾਈਕ ਗਣੇਸ਼ਾ ਜੀ ਕਦੀ ਵੀ ਖੁਸ਼ ਨਹੀਂ ਹੋਣਗੇ ਵੇਖ ਕੇ ਕਿ ਪੁੱਡਾ ਦਰਿਆ ਗੰਦਾ ਹੈਗਾ ਜਾਂ ਕੋਈ ਹੋਰ ਦਰਿਆ ਵਿੱਚ ਅਸੀਂ ਜਾਂ ਨਦੀ ਦੇ ਵਿੱਚ ਜਾਂ ਸਤਲੁਜ ਦੇ ਕੰਢੇ ਅਸੀਂ ਮਤਲਬ ਗਾਰਬੇਜ ਕ੍ਰੀਏਟ ਕਰੀਏ। ਸੋ ਪੀ ਓ ਪੀ ਵਿੱਚ ਗਣੇਸ਼ਾ ਜੀ ਤੋਂ ਵਧੀਆ ਹੈਗੇ ਨੇ ਚੋਕਲੇਟ ਵਿੱਚ ਗਣੇਸ਼ਾ ਜੀ। ਤੋ ਅਸੀਂ ਇਨਕਰੇਜ ਕਰਨਾ ਚਾਹੁੰਦੇ ਹਾਂ ਕਿ ਹੋਰ ਵੀ ਬਾਇਓਡੈਗਰੇਡੇਬਲ ਪ੍ਰੋਡਕਟਸ ਐਂਡ ਇਨਗਰੀਡੀਐਂਟਸ ਦੇ ਨਾਲ, ਜ਼ਰੂਰੀ ਹੈ ਕਿ ਹਰ ਬੰਦਾ ਚੋਕਲੇਟ ਵਿੱਚ ਬਣਾ ਸਕੇ ਅਤੇ ਉਹ ਕਲੇ ਵਿੱਚ ਬਣਾਉਣ ਐਂਡ ਬਣਾ ਵੀ ਰਹੇ ਨੇ। ਸੋ ਦਿਸ ਇਜ਼ ਆਰ ਮੈਸੇਜ, ਵੀ ਵਾਂਟ ਟੂ ਰੀਅਲੀ ਗਿਵ ਦਿਸ ਮੈਸੇਜ ਟੂ ਦ ਸੋਸਾਇਟੀ, ਟੂ ਦ ਪੀਪਲ, ਟੂ ਕ੍ਰੀਏਟ ਗਣੇਸ਼ਾ ਜੀ ਇਨ ਵੇਜ਼ ਇਨ ਵਿੱਚ ਇਟ ਕੈਨ ਕੰਟਰੀਬਿਊਟ ਟੂ ਦ ਇਨਵਾਇਰਮੈਂਟ, ਟੂ ਦ ਪੀਪਲ, ਟੂ ਦ ਪਲੈਨਟ, ਐਂਡ ਕੋਈ ਫਰਕ ਲਿਆ ਸਕੀਏ ਅਸੀਂ ਪਲੈਨਟ ਦੇ ਉੱਤੇ। ਗਣੇਸ਼ਾ ਜੀ ਆਈ ਥਿੰਕ ਵਿਲ ਬੀ ਰੀਅਲੀ ਹੈਪੀ ਸਾਡੇ ਇਸ ਐਂਡੇਵਰ ਨੂੰ ਵੇਖ ਕੇ। ਯੈਸ ਹਾਂਜੀ, ਜੋ ਅਸੀਂ ਸੋਚਿਆ ਹੋਇਆ ਪਿਛਲੇ 4 ਸਾਲ ਤੋਂ, 3 ਸਾਲ ਤੋਂ ਕਰ ਰਹੇ ਹਾਂ, ਚੌਥਾ ਸਾਲ ਹੈਗਾ ਜੀ, ਅਸੀਂ ਗਣੇਸ਼ ਜੀ ਦਾ ਵਿਸਰਜਨ ਕਰਾਂਗੇ, ਪਰ ਵਿਸਰਜਨ ਕਰਾਂਗੇ ਦੁੱਧ ਦੇ ਵਿੱਚ, ਅਤੇ ਉਹ ਚੋਕਲੇਟ ਮਿਲਕ ਦਾ ਪ੍ਰਸ਼ਾਦ ਬਣ ਜਾਏਗਾ ਜਿਹੜਾ ਅਸੀਂ ਔਰਫਨੇਜਿਸ ਵਿੱਚ, ਗਰੀਬ ਬੱਚਿਆਂ ਵਿੱਚ, ਅਤੇ ਇੱਕ ਸੰਸਥਾ ਹੈਗੀ ਹੈ ਰੋਬਿਨਹੁੱਡ ਆਮੀ, ਉਹਨਾਂ ਨਾਲ ਟਾਈਪ ਕੀਤਾ ਹੈ, ਉਹਨਾਂ ਨਾਲ ਮਿਲ ਕੇ ਆਪਾਂ ਸਲਮ ਏਰੀਆਜ਼ ਵਿੱਚ ਉਹ ਚੋਕਲੇਟ ਮਿਲਕ ਦਾ ਪ੍ਰਸ਼ਾਦ ਵੰਡਾਂਗੇ। ਸਾਨੂੰ ਲੱਗੇ ਜੀ 3 ਦਿਨ ਬਣਾਉਣ ਵਾਸਤੇ। ਇਹ ਪਹਿਲੀ ਵਾਰੀ ਅਸੀਂ 100 ਕਿਲੋ ਤੋਂ ਉੱਤੇ ਬਣਾਏ ਨੇ, 106 ਕਿਲੋ ਦੇ ਗਣੇਸ਼ਾ ਜੀ ਹੈਗੇ ਨੇ। ਐਂਡ ਸਾਡੀ ਜਿਹੜੀ ਟੀਮ ਹੈਗੀ ਹੈ ਉਹ ਬਹੁਤ ਹੀ ਐਫੀਸ਼ੀਐਂਟ ਹੈਗੀ ਹੈ, ਐਂਡ ਉਹਨਾਂ ਨੇ ਸਾਰਾ ਕੰਮ ਛੱਡ ਕੇ ਸਭ ਤੋਂ ਪਹਿਲਾਂ ਇਹਦੇ ਉੱਤੇ ਫੋਕਸ ਕੀਤਾ, ਬਿਕੋਜ਼ ਇਹ ਬਹੁਤ ਸਪੈਸ਼ਲ ਹੈਗਾ ਹੈ। ਇੱਕ ਇੱਕ ਬੋਡੀ ਪਾਰਟ ਔਫ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਪਰਫੈਕਟ ਹੋਣਾ ਚਾਹੀਦਾ, ਐਂਡ ਹੈਗਾ ਵੀ ਹੈ। ਐਂਡ ਹਰ ਚੀਜ਼ ਚੋਕਲੇਟ ਵਿੱਚ ਕ੍ਰੀਏਟ ਕਰਨੀ, ਇਟਸ ਅ ਡਿਫੀਕਲਟ ਟਾਸਕ, ਐਂਡ ਆਵਰ ਟੀਮ ਹੈਜ਼ ਡਨ ਇਟ।